ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਜੀ? ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ। ਉਮੀਦ ਕਰਦੇ ਹਾਂ ਤੁਸੀਂ ਸਭ ਤੰਦਰੁਸਤ ਹੋਵੋਗੇ ਨਾ, ਅਤੇ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ। ਜਿੱਦਾਂ ਹੁਣ ਪਤਾ ਹੀ ਆ ਕਿ ਨਵੀਂ ਫਸਲ ਦੀਆਂ ਤਿਆਰੀਆਂ ਚੱਲ ਪਈਆਂ, ਜਾਂ ਖਾਣ ਪੀਣ ਦੀ ਸਬਜ਼ੀਆਂ ਜਿਹੜੀਆਂ, ਉਹਨਾਂ ਦਾ ਸਮਾਂ ਆ ਗਿਆ ਲਾਉਣ ਦਾ, ਅਤੇ ਉਹਨਾਂ ਦੀ ਆਪਾਂ ਵੀ ਤਿਆਰੀ ਕਰਨ ਲੱਗ ਪਏ ਹਾਂ। ਉਹ ਖੜ੍ਹਾ ਛੋਟਾ ਟਰੈਕਟਰ ਜਿਹੜਾ ਅੱਜ ਕੱਢਿਆ ਬਾਹਰ, ਕੱਢ ਕੇ ਅਤੇ ਵਾਹ ਵਹਾਈ ਕਰਿਓ ਸੀ, ਇਹਦੇ ਨਾਲ ਥੋੜ੍ਹਾ ਜਿਹਾ ਵਧੀਆ ਬਣਾਇਆ, ਬਰੀਕ ਹੋ ਗਈ ਮਿੱਟੀ ਸਾਰੀ, ਅਤੇ ਹੁਣ ਕਹੀ ਚਲਾਉਣੀ ਵੀ ਸਕਾਲੀ ਹੋ ਜਾਂਦੀ ਆ। ਅਤੇ ਹਾਲ ਦੀ ਘੜੀ ਤਾਂ ਅਸੀਂ ਦੋ ਕਬੱਟਾਂ ਦੀ ਤਿਆਰੀ ਕਰੀ ਆ, ਅਤੇ ਨਾਲ ਦੀ ਨਾਲ ਜਿਹੜੀਆਂ ਹੋਰ ਚੀਜ਼ਾਂ ਲਾਉਣੀ ਉਹਨਾਂ ਦੀ ਵੀ ਤਿਆਰੀ ਕਰ ਦੇਣੀ ਆ। ਤੁਹਾਨੂੰ ਦਿਖਾ ਦਿੰਦੇ ਹਾਂ ਸਾਡੀ ਬਾਗਬਾਨੀ। ਇਹ ਜਿਹੜੀਆਂ ਅਸੀਂ ਬੈੱਡ ਤਿਆਰ ਕੀਤਾ, ਇਹ ਹੈਗਾ ਸਰੋਂ ਵਾਸਤੇ। ਘਰ ਦੇ ਕਹਿੰਦੇ ਸਾਗ ਲਈ ਸਰੋਂ ਲਾ ਲਈਏ, ਅਤੇ ਉਹਦੇ ਵਾਸਤੇ ਬੈੱਡ ਤਿਆਰ ਕਰਿਆ। ਅਤੇ ਦੋ ਬੱਟਾਂ ਆਪਾਂ ਤਿਆਰ ਕਰ ਲਈਆਂ, ਕਿਉਂਕਿ ਹਾਲ ਦੀ ਘੜੀ ਥੋੜ੍ਹਾ ਬੂਟਿਆਂ ਦੇ ਵਿੱਚ ਸੀ, ਕਹੀ ਦੇ ਨਾਲ ਹੀ ਕੰਮ ਹੋਣਾ ਸੀ, ਵੀ ਗਾਹਾਂ ਤਾਂ ਬੰਦਾ ਸੁਹਾਗਾ ਮਾਰ ਕੇ ਫੇਰ ਕਰ ਲੈਂਦਾ ਹੈ ਨਾ। ਅਤੇ ਇਹ ਕਮਾਦੀ ਆ, ਪਰ ਮੈਨੂੰ ਨੰਬਰ ਯਾਦ ਨਹੀਂ, ਲੇਕਿਨ ਕਿਸੇ ਤੋਂ ਲੈ ਕੇ ਆਇਆ ਸੀ, ਉਹਨੇ ਇਹੀ ਦੱਸਿਆ ਸੀ ਕਿ ਗੰਨੇ ਬੜੇ ਪੋਲੇ ਆ ਇਹਦੇ ਚੂਪਣ ਨੂੰ, ਮਤਲਬ ਜੇ ਸਿਆਣਾ ਵੀ ਕਹੇ ਚੂਪਣੇ ਚੂਪ ਸਕਦਾ। ਅਤੇ ਆਹ ਸਬਜ਼ੀ ਆ, ਹੁਣ ਇਹ ਮੈਨੂੰ ਨੌਂ ਦੱਸਿਆ ਸੀਗਾ, ਕਿਉਂਕਿ ਸਾਡੇ ਜਿਹੜੀ ਕੰਮ ਕਰਦੀ ਆ ਪ੍ਰਵਾਸੀ ਲੇਬਰ, ਸਾਡੀ ਠੇਕੇਦਾਰ ਨਹੀਂ ਅਸੀਂ ਕਹਿੰਦੇ ਹਾਂ, ਉਹਨੇ ਲਿਆ ਕੇ ਲਾਈਆਂ ਆ। ਉਹ ਕਹਿੰਦੀ ਮੈਂ ਭਾਅ ਜੀ ਲਾਉਣੀ ਹੈ ਅਤੇ ਸਬਜ਼ੀ ਇੱਕ ਅੱਧੀ, ਮੈਂ ਕਿਹਾ ਚੱਲ ਤੂੰ ਲਾ ਲਾ। ਅਤੇ ਖਾਂਦੇ ਹੁਣ ਆਪਣੇ ਬੰਦੇ ਕਹਿੰਦੇ ਇਹਨੂੰ ਬਹੁਤ ਵਾ, ਅਤੇ ਇਹ ਵੀ ਬਹੁਤ ਉਤਰੀਆਂ, ਲੇਕਿਨ ਅਸੀਂ ਆਹ ਬੀਜ ਰੱਖਿਆ ਸੀ ਕਿ ਗਾਹਾਂ ਨੂੰ ਜ਼ਿਆਦਾ ਲਾਵਾਂਗੇ। ਇੱਧਰ ਆ ਗਈਆਂ ਵੱਡਾਂ, ਚੜ੍ਹ ਗਈਆਂ ਆੜੂ 'ਤੇ, ਪਰ ਅਸੀਂ ਇਹਨੂੰ ਹਲੇ ਵੱਡ ਨੂੰ ਤਾਂ ਨਹੀਂ ਛੇੜਦੇ ਕਿ ਉਹ ਸਾਡੇ ਬੜੇ ਬਾਈ ਨੇ ਲਾਈਓ ਆ। ਉਹ ਕਹਿੰਦਾ ਸੀ ਵੀ ਮੇਰੀਆਂ ਵੱਡਾਂ ਨਾਲ ਖਾਇਓ ਨਾਲੇ ਯਾਦ ਕਰਿਓ, ਕਿਉਂਕਿ ਉਹ ਬਾਹਰ ਗਏ ਆ। ਤਾਂ ਉਹਨਾਂ ਨੇ ਕਿਹਾ ਸੀ, ਕਹਿੰਦੇ ਨਾਲੇ ਖਾਇਓ ਨਾਲੇ ਯਾਦ ਕਰਿਓ, ਆ ਉਹਨਾਂ ਦੀ ਬਾਗਬਾਨੀ ਆ, ਦੇਖਭਾਲ ਅਸੀਂ ਕਰਨੀ ਹੈ ਇਹਦੀ ਵੀ। ਤਾਂ ਹੁਣ ਵੱਡਾਂ ਹੈਗੀਆਂ ਇਹਦੇ ਵਿੱਚ, ਇੱਧਰੋਂ ਪਰਲੇ ਪਾਸਿਓਂ ਅਸੀਂ ਵੀ ਸਫਾਈ ਕਰੀ ਕਰਕੇ, ਇੱਧਰ ਹੁਣ ਕੱਖ ਅੰਡਾ ਇੱਦਾਂ ਆ, ਕਿਉਂਕਿ ਜਦ ਤੱਕ ਵਿਹਲਾਂ ਜਦ ਤੱਕ ਇੱਦਾਂ ਰਹਿਣੀਆਂ। ਇਹਨਾਂ ਦੇ ਵੀ ਅੰਜੀਰ ਲੱਗੀ ਹੋ ਵਾ ਬਾਈ ਦੇ, ਅਤੇ ਫਲ ਆ ਗਿਆ ਬਹੁਤ ਵਧੀਆ। ਪਹਿਲਾਂ ਇੱਦਾਂ ਹੀ ਲੱਗਦਾ ਸੀ ਵੀ ਆਉਣਾ ਨਹੀਂ, ਪਰ ਜਿਹਨੇ ਤੋਂ ਉਹਨਾਂ ਨੇ ਲਈ ਸੀ ਉਹ ਕਹਿੰਦਾ ਸੀ ਵੀ ਇਹਨਾਂ ਦਾ ਫਲ ਛੇਤੀ ਆ ਜਾਣਾ, 6 ਮਹੀਨਿਆਂ ਦੇ ਵਿੱਚ ਵਿੱਚ ਆ ਜਾਂਦਾ ਹੁੰਦਾ ਇਹਨੂੰ ਜਦੋਂ ਲਾਉਂਦੇ ਆਪਾਂ, ਅਤੇ ਫਲ ਆ ਗਿਆ। ਹਲਦੀ ਆ ਵਿੱਚ ਹੀ, ਇਹ ਨਿੰਬੂ ਸੰਗਤਰਾ, ਇਹ ਹੁਣ ਜਦੋਂ ਆ ਵੇਲਾਂ ਵੁੱਲਾਂ ਵੱਢ ਹੋਣੀਆਂ, ਇਹਦੀ ਫੇਰ ਸਫਾਈ ਹੋਣੀ ਆ, ਫੇਰ ਸਾਰਾ ਕੁਛ ਹੋਣਾ। ਰਵਾਹਾਂ ਦੀਆਂ ਫਲੀਆਂ ਸੀ, ਕੁਛ ਤੋੜ ਕੇ ਲੈ ਗਿਆ ਘਰ ਦੇ, ਤਾਂ ਹੁਣ ਪਈਆਂ ਸੀ ਇੱਥੇ। ਇੱਕ ਬਾਈ ਜੀ, ਜਿਹਨਾਂ ਜਿਹਨਾਂ ਨੂੰ ਮੰਨ ਲਓ ਤਿਲਾਂ ਦੀ ਖੇਤੀ ਬਾਰੇ ਪਤਾ ਨਾ, ਆ ਤਿਲ ਆ, ਇਹ ਮੈਨੂੰ ਮਾੜਾ ਜਿਹਾ ਕਮੈਂਟ ਕਰਕੇ ਇੱਦਾਂ ਦੱਸ ਸਕਦੇ ਵੀ ਇਹ ਕਦੋਂ ਵੱਢ ਹੋਣੇ ਆ, ਕਿਉਂਕਿ ਮੈਂ ਤਾਂ ਪਹਿਲੀ ਵਾਰੀ ਲਾਏ ਆ। ਜੇ ਬਜ਼ੁਰਗ ਹੁੰਦੇ ਸਾਡੇ, ਉਹਨਾਂ ਨੇ ਸਾਨੂੰ ਦੱਸ ਦੇਣਾ ਸੀ ਇਹਦੀ ਕੀ ਵੱਤ ਵਾ ਨਾ, ਵੀ ਕਦੋਂ ਇਹਨੂੰ ਵੱਢਣਾ, ਅਤੇ ਸਾਨੂੰ ਥੋੜ੍ਹਾ ਜਿਹਾ ਕੋਈ ਦੱਸ ਸਕਦਾ ਮੇਰਾ ਵੀਰ ਹੈ ਕੋਈ ਵੀ ਜਿਹੜਾ ਇਹਨਾਂ ਖੇਤੀਆਂ ਦਾ ਮਾਹਰ ਆ,
ਅਤੇ ਹੈਗੇ ਤਾਂ ਪੱਠੇ ਇਹਦੇ ਵਿੱਚ, ਲੇਕਿਨ ਇਹ ਮੂੰਗਫਲੀ ਆ। ਪਰ ਮੈਨੂੰ ਦੱਸਣ ਦੀ ਲੋੜ ਨਾ ਸੀ, ਮੈਂ ਦੱਸਣਾ ਵੀ ਮਤਲਬ ਕਈ ਜਿਹੜੇ ਇਸ ਚੀਜ਼ ਦੇ ਮਾਹਰ ਆ ਨਾ, ਉਹ ਫਟ ਪੱਤਾ ਦੇਖ ਕੇ ਦੱਸ ਦਿੰਦੇ ਵੀ ਇਹ ਕੀ ਚੀਜ਼ ਆ ਨਾ। ਤਾਂ ਇਹ ਵੀ ਮੈਨੂੰ ਦੱਸਿਓ ਕਦੋਂ ਪੱਟ ਹੁੰਦੀ ਆ। ਮੈਂ ਪੱਠੇ ਕੱਢੇ ਵੀ ਸੀ ਲੇਕਿਨ ਪੱਠਾ ਫੇਰ ਹੋ ਜਾਂਦਾ। ਚਲੋ ਖੈਰ, ਉਹ ਤਾਂ ਹੁਣ ਬੈਠਾਂਗੇ ਤਾਂ ਕੱਢ ਹੀ ਦੇਣੇ ਆ, ਕਿਉਂਕਿ ਮੌਸਮ ਬਰਸਾਤੀ ਕਰਕੇ ਇਹਦੇ 'ਚ ਪੱਠਾ ਹੁੰਦਾ ਹੀ ਜ਼ਿਆਦਾ। ਫੇਰ ਹਲੇ ਇੱਦਾਂ ਦੇ ਆ, ਮਤਲਬ ਹਲੇ ਹਰਾ, ਪਰ ਇੱਦਾਂ ਲੱਗਦਾ ਵੀ ਜੇ ਥੋੜ੍ਹਾ ਜਿਹਾ ਨਰਮ ਵੱਢ ਹੁੰਦਾ ਹੋਊਗਾ ਫਿਰ ਸੁੱਕ ਕੇ, ਨਹੀਂ ਤਾਂ ਜੇ ਸੁੱਕਿਓ ਵੱਢਿਆ ਤਾਂ ਖਿੜ ਜਾਣਾ। ਜਿੱਦਾਂ ਆਹ ਦੋ ਕੁ ਬੂਟੇ ਖਰੇ ਸੁੱਕ ਗਏ ਵਿੱਚ ਜੇ ਨੂੰ ਇੱਥੇ, ਤਾਂ ਉਹਦੇ ਕਰਕੇ ਫਿਰ ਉਹ ਖਿੜ ਗਏ ਆ। ਇਹ ਇੰਨਾ ਮੈਨੂੰ ਪਤਾ ਵੀ ਇਹ ਨਾ ਥੋੜ੍ਹਾ ਜਿਹਾ ਬੱਤ ਨਾਲੇ ਵੱਢ ਹੁੰਦਾ ਵੀ ਤਦੇ ਹੀ ਦੂਜਾ ਹੋਣਾ ਇਹ ਫਿਰ ਖੜਾ ਸੁੱਕਣਾ, ਸੁੱਕਿਓ ਫਿਰ ਝਾੜ ਹੋਣਾ। ਇਹ ਝਾੜਨ ਦਾ ਵੀ ਇਹਦਾ ਤਕਨੀਕ ਦੇਖੀ ਮੈਂ, ਢੰਗ ਦੇਖਿਆ ਇਹਦਾ। ਕਹਿੰਦੇ ਵੀ ਮਤਲਬ ਜਦੋਂ ਜਿਹੜੀ ਪੂਲੀ ਆ ਮਹਾਰੀ ਲੱਗੀ ਉਹ ਆ, ਉਹਦੇ ਉੱਤੇ ਮਤਲਬ ਕੋਈ ਪੱਲੀ ਜਾਂ ਕੋਈ ਵੀ ਤੱਪੜ ਇੱਦਾਂ ਦਾ ਪਾ ਦਿਉ ਵੀ ਮਹਾਰਾ ਵੀ ਛੋਟਾ ਜਿਹਾ ਲਾਉਣਾ, ਜਿਹੜਾ ਤੁਸੀਂ ਉਹਨੂੰ ਨਾਲੇ ਚੱਕ ਕੇ ਲੱਦ ਦਿਉ, ਪੁੱਠਾ ਕਰਕੇ ਮਤਲਬ ਸਿਟੀਆਂ ਉੱਪਰ ਨੂੰ ਕਰਕੇ ਅਤੇ ਫਲੂਮਣ ਥੱਲੇ ਨੂੰ ਕਰਕੇ ਸੱਟ ਮਾਰੋ ਤਾਂ ਆਪਣੇ ਆਪ ਹੀ ਝੜ ਜਾਂਦਾ, ਇਹਨੂੰ ਬਹੁਤਾ ਕੁੱਟਣ ਦੀ ਲੋੜ ਨਹੀਂ ਪੈਂਦੀ ਹੈਗੀ। ਅਤੇ ਜਿਹੜੀ ਮੂੰਗਫਲੀ ਹੈ ਇਹ ਮੈਂ ਕੱਲ੍ਹ ਦੇਖੀ ਸੀ ਪੱਟ ਕੇ ਥੋੜ੍ਹੀ ਜਿਹੀ, ਤਾਂ ਇਹਦੇ ਵਿੱਚੋਂ ਵਧੀਆ ਦਾਣੇ ਨਿਕਲੇ ਆ, ਜਿਹੜੇ ਡੱਡੇ ਆ ਉਹ ਵਧੀਆ ਸੀ। ਇਹ ਮੇਰੇ ਆ ਗਏ ਕੀਨੂ, ਐਤਕੀ ਕੀਨੂ ਦਾ ਫਲ ਤਾਂ ਵਧੀਆ, ਵਾਹਿਗੁਰੂ ਦੀ ਮਿਹਰ ਆ, ਵਧੀਆ। ਮੈਂ ਆਹ ਜਾਲੀ ਲੈ ਕੇ ਆਇਆ ਸੀ, ਕਿਸੇ ਦੁਕਾਨਦਾਰ ਨੂੰ ਪੁੱਛਿਆ ਮੈਂ ਕਿੱਦਾਂ, ਕਹਿੰਦਾ ਬਹੁਤ ਵਧੀਆ, ਧੁੱਪ ਦਾ ਕੋਈ ਅਸਰ ਨਹੀਂ। ਪਰ ਧੁੱਪ ਦਾ ਅਸਰ ਬਹੁਤ ਹੋਇਆ, ਇਹ ਨਹੀਂ ਵੀ ਬੇਲ ਚੜ੍ਹਾਈ ਕਰਕੇ ਟੁੱਟੀ ਆ, ਲੇਕਿਨ ਮੋਹਰੇ ਵੀ ਹੈਗੀ ਆ, ਮਾੜਾ ਜਿਹਾ ਹੱਥ ਲਾਓ ਜਦੋਂ ਟੁੱਟ ਜਾਂਦੀ ਹੈ। ਲੇਕਿਨ ਉਹ ਬੰਦੇ ਨੇ ਸਹੀ ਨਹੀਂ ਦਿੱਤੀ ਹੈਗੀ, ਕਹਿੰਦਾ ਸੀ ਨਹੀਂ ਨਹੀਂ ਧੁੱਪ ਦਾ ਇਹਨੂੰ ਕੋਈ ਅਸਰ ਨਹੀਂ ਬਾਈ, ਕਹਿੰਦਾ ਲੈ ਜਾਓ ਕਹਿੰਦਾ। ਅਤੇ ਇੱਧਰ ਵੀ ਮੇਰੇ ਗੰਨੇ ਆ, ਹਾਂ ਜੁਗਾੜ ਵਧੀਆ ਇੱਦਾਂ, ਨਾਲੇ ਵੱਟ ਪੱਧਰੀ ਹੋ ਜਾਂਦੀ ਹੈ, ਨਾਲੇ ਉੱਚਾ ਨੀਵਾਂ ਚੱਕ ਹੋ ਜਾਣਾ। ਛੱਲੀਆਂ ਭੋਣ ਦੇ ਵਿੱਚ ਹਰ ਇੱਕ ਤਕਨੀਕ ਫੇਲ ਹੋ ਜਾਂਦੀ ਹੈ, ਅੱਕ ਜਾਂਦਾ ਬੰਦਾ। ਕਹਿੰਦੇ ਜੀ ਥੈਲੇ 'ਚ ਪਾ ਕੇ ਕੁੱਟਿਓ, ਮੈਂ ਥੈਲੇ 'ਚ ਪਾਏ, ਗੋਈਆਂ ਤਾਂ ਹੈਗੀਆਂ ਚਲੋ ਇੱਦਾਂ ਦੀ ਅੱਧਾ ਰੂੜ ਗਈਆਂ, ਥੈਲਾ ਫਟਾਲਾ ਪਿਆ, ਹੁਣ ਆ ਗੁੱਲਾ ਲਿਓ ਆ ਪੱਲੇ ਇਹਦੇ ਨਾਲ ਕਰਦੇ ਹਾਂ ਇੱਦਾਂ। ਅਤੇ ਹੈਗੀਆਂ ਥੋੜ੍ਹੀਆਂ ਜਿਹੀਆਂ ਮਸ਼ੀਨ 'ਚ ਕਢਾਉਣੇ ਨਾਲ ਅਸੀਂ ਕੀ ਕਢਾਉਣੀਆਂ, ਦੋ ਚਾਰ ਥੈਲੇ ਸਾਰੇ। ਅਤੇ ਕੱਲ੍ਹ ਅੱਧੀਆਂ ਕੱਲ੍ਹ ਕਰਤੀਆਂ, ਇੰਨੀਆਂ ਕੁ ਰੱਖੀਆਂ, ਮੈਂ ਕਿਹਾ ਚੱਲ ਇੰਨੀਆਂ ਕਰਾਂਗੇ ਬਾਕੀ ਦੇ ਫੇਰ ਕਰਦੇ ਹਾਂ। ਕਈ ਵਾਰੀ ਇੱਦਾਂ ਭੁੱਟ ਜਾਂਦੀ ਆ, ਜਿਹੜਾ ਦਾਣਾ ਮੰਦਲਾ ਜਿਹਾ ਰਹਿ ਜਾਂਦਾ ਵਿੱਚੇ ਫਸ ਜਾਂਦਾ ਦਾਣਾ, ਉਹ ਨਹੀਂ ਨਿਕਲਦੀ ਹੈਗੀ। ਇਹ ਤਾਂ ਇੱਦਾਂ ਮਾੜਾ ਜਿਹਾ ਐਂ ਕਰੋ ਉਸ ਟਾਈਮ।
ਇਹਨਾਂ ਦੇ ਸਿਆਣਿਆਂ ਦੀਆਂ ਗੱਲਾਂ 'ਤੇ ਗੌਰ ਕਰਨਾ ਚਾਹੀਦਾ ਹੁੰਦਾ। ਸਿਆਣੇ ਦੇ ਤਜਰਬੇ ਵੀ ਹੁੰਦੇ ਆ, ਜਦੋਂ ਤਾਂ ਸਿਆਣੇ ਦੀ ਲੋੜ ਤਜਰਬੇ ਦੀ ਆਪਾਂ ਉਹਦੇ ਕੋਲ ਨਹੀਂ ਬਹਿੰਦੇ ਹੈਗੇ। ਆਹ ਮਾੜਾ ਜਿਹਾ ਪਤਾ ਸੀ ਵੀ ਹਾਂ, ਕਹਿੰਦੇ ਛੱਲੀਆਂ ਗੁੱਲੇ ਦੇ ਨਾਲ ਖੇਤੀ ਹੋ ਜਾਂਦੀ ਆ, ਕਰ ਲਿਆ। ਲੇਕਿਨ ਜਦੋਂ ਘਰ 'ਚ ਇੱਦਾਂ ਦਾਣਾ ਭੋਰਦੇ ਹੁੰਦੇ ਸੀ, ਉਦੋਂ ਆਪਾਂ ਕਦੀ ਬਹਿੰਦੇ ਨਾ ਸੀ, ਨੜ ਜਾਣਾ ਖੇਡਣ ਨੱਠ ਗਏ, ਬਾਅਦ 'ਚ ਤਕੜੇ ਹੋ ਗਏ, ਆਪਣੇ ਕੰਮਾਂ 'ਚ ਚਲ ਗਏ। ਲੇਕਿਨ ਹੁਣ ਜਦੋਂ ਆਪਣੀ ਵਾਰੀ ਆਈ, ਹੁਣ ਸਾਡੇ ਨਹੀਂ ਹੱਥਾਂ ਦੇ, ਸਾਡੇ ਨਿਆਣੇ ਨੜ ਜਾਂਦੇ ਆ। ਪਰ ਕਹਿੰਦੇ ਨੇ ਕੁਛ ਨਾ ਕੁਛ ਬੰਦੇ ਦੇ ਹੱਥ 'ਚ ਹੋਣਾ ਚਾਹੀਦਾ ਹੁਨਰ, ਜਿਹਦੇ ਨਾਲ ਤਜਰਬਾ ਬੰਦੇ ਨੂੰ ਮੁਸ਼ਕਲ ਨਹੀਂ ਹੁੰਦੀ। ਲੇਕਿਨ ਸਿਆਣੇ ਦੀ ਕਮੀ ਹਰ ਇੱਕ ਜਗ੍ਹਾ 'ਤੇ ਰੱਖਦੀ ਆ ਨਾ, ਕਮੀ ਮਹਿਸੂਸ ਹੁੰਦੀ ਆ। ਜੇ ਹੁਣ ਅਸੀਂ ਕਹੀਏ ਵੀ ਸਾਡੇ ਸਿਆਣੇ ਹੁੰਦੇ ਸਾਨੂੰ ਲੋੜ ਹੀ ਨਹੀਂ ਸੀ ਪੈਣੀ ਹੈਗੀ, ਉਹਨਾਂ ਨੇ ਆਪੇ ਕਰੀ ਜਾਣਾ ਸੀ। ਹੁਣ ਜਦੋਂ ਗਾਹਾਂ ਅਸੀਂ ਨਹੀਂ ਹੋਣਾ, ਵੀ ਸਾਡਿਆਂ ਨੇ ਕਹਿਣਾ ਵੀ ਜੇ ਸਿਆਣੇ ਹੁੰਦੇ ਤਾਂ ਸਾਡੀ ਸਾਨੂੰ ਲੋੜ ਨਾ ਸੀ ਕਰਨੀ, ਉਹਨਾਂ ਨੇ ਕਰੀ ਜਾਣਾ। ਚਲੋ ਦੁਨੀਆਦਾਰੀ ਆ, ਕੱਢੀ ਜਾਣੀ ਆ ਇੱਦਾਂ। ਬਸ ਮੇਰਾ ਤਾਂ ਇਹੀ ਕਹਿਣਾ ਕਿ ਆਪਣੇ ਮਾਂ ਬਾਪ ਦਾ ਬਈ ਖਿਆਲ ਰੱਖੋ, ਇਹ ਅਨਮੋਲ ਚੀਜ਼ਾਂ, ਇਹ ਜਦੋਂ ਇੱਕ ਵਾਰੀ ਹੱਥੋਂ ਨਿਕਲ ਗਈਆਂ ਮੁੜ ਕੇ ਆਪਣੀਆਂ, ਜਿੰਨਾ ਹੁੰਦਾ ਉਹਨਾਂ ਦਾ ਮਾਣ ਤਾਣ ਕਰੋ, ਰਾਤ ਨੂੰ ਸ਼ਾਮ ਨੂੰ ਇਕੱਠੇ ਬੈਠਿਆ ਕਰੋ, ਇਕੱਠੇ ਖਾਣਾ ਖਾਓ। ਬਾਹਾਂ ਸਹੀ ਰਹਿੰਦੀਆਂ ਇੱਦਾਂ, ਅੱਗੇ ਥਾਪੜੀ ਚੱਲਦੀ ਹੁੰਦੀ ਸੀ ਇੱਦਾਂ ਘਰ ਵਿੱਚ। ਚੱਲ ਵੇ ਸਹੀ ਗੱਲ ਆ, ਲੈ ਵੀ ਵਾਹਿਗੁਰੂ ਮੇਰ ਨਾ ਝੋਨਾ ਵੀ ਹੋ ਗਿਆ ਸੈੱਟ, ਉਹ ਤਾਂ ਗਏ ਉਹ ਗਏ ਸਾਨੀ, ਨਹੀਂ ਉਹ ਦੋ ਹੀ ਗਏ ਹੋਣੇ ਆ, ਝੋਨਾ ਵੀ ਪੱਕ ਗਿਆ। ਵਾਹਿਗੁਰੂ ਬਸ ਹੁਣ ਸਮਾਂ ਵਧੀਆ ਲੈ ਕੇ ਆਵੇ, ਵਧੀਆ ਝਾੜ ਦੇ ਦੇਵੇ ਅਤੇ ਸਮੇਂ ਨਾਲ ਵੱਢ ਹੋ ਜਾਵੇ। ਅਤੇ ਆਹ ਹੈਗੀ ਸਾਡੀ ਬਗੀਚੀ ਫੁਲਵਾੜੀ, ਦੇਖੋ ਤਾਂ ਕਿੰਨੀਆਂ ਵਧੀਆ ਲੱਗਦੀਆਂ। ਕੱਲ੍ਹ ਸਾਡੇ ਜਦੋਂ ਪਿੰਡ 'ਚੋਂ ਆਏ ਭੂਆ ਸੀ ਕਹਿੰਦੇ ਉਹਨੂੰ, ਸਾਡੀ ਮਾਸੀ ਦੀ ਨਾਂ ਦਾ, ਉਹ ਦੇਖ ਕੇ ਉਹ ਕਹਿੰਦੀ ਉਹ ਤੇਰੇ ਘਰ ਦੇ ਆਲੇ ਦੁਆਲੇ ਕਹਿੰਦੀ ਫੁੱਲੇ ਮੈਨੂੰ ਬੜੇ ਸੋਹਣੇ ਲੱਗੇ। ਮੈਂ ਭੂਆ ਜੀ ਸੰਭਾਲੇ ਆ, ਬਾਕੀ ਤਾਂ ਅੱਗ ਅੱਗ ਲੱਗ ਗਏ ਚੱਲ ਗਿਆ ਸੀ, ਲੇਕਿਨ ਇਹ ਬੂਟੇ ਮੈਂ ਸੰਭਾਲੀ ਗਿਆ। ਅਤੇ ਇਹਨਾਂ ਦੀ ਦੇਖਭਾਲ ਕਟਾਈ ਅਤੇ ਪਾਣੀ ਦਾ ਵੀ ਮੈਂ ਉਦੋਂ ਖਿਆਲ ਰੱਖਿਆ ਇਹਦਾ, ਹੁਣ ਤਾਂ ਚਲੋ ਬੜੇ ਹੋ ਗਏ, ਹੁਣ ਤਾਂ ਇਹਨਾਂ ਨੂੰ ਲੋੜ ਨਹੀਂ ਪੈਂਦੀ ਹੈਗੀ, ਲੇਕਿਨ ਫਿਰ ਵੀ ਪਾਣੀ ਚੱਲਦਾ ਮੇਰਾ ਨਾਲ। ਇਹਨਾਂ ਦੀ ਕਟਾਈ ਦਾ ਖਿਆਲ ਰੱਖਿਆ ਮੈਂ ਫਿਰ ਸਮੇਂ ਸਿਰ। ਹੁਣ ਵੀ ਮੈਂ ਇਹ ਮਾਲੀ ਅੱਜ ਆਇਆ ਸੀ, ਮੈਂ ਕਿਹਾ ਯਾਰ ਮੈਨੂੰ ਗੋਲ ਕਰਦੇ ਬੂਟੇ, ਵੀ ਮੇਰੇ ਕੋਲ ਉਹਦਾ ਗੋਲ ਹੁੰਦੇ ਨਹੀਂ ਹੈਗੇ। ਤਾਂ ਉਹ ਕਹਿੰਦਾ ਛੋਟਾ ਜਿਹਾ ਕੱਟਰ ਚਾਹੀਦਾ ਇੱਕ ਹੱਥ ਵਾਲਾ, ਤਾਂ ਮੈਂ ਕਿਹਾ ਉਹ ਹੈਗਾ ਮੇਰੇ ਕੋਲ, ਮੈਂ ਤਾਂ ਕਿਹਾ ਸ਼ਾਇਦ ਬੜੇ ਕੱਟਰ ਨਾ ਕਰੂਗਾ, ਕਹਿੰਦਾ ਨਹੀਂ ਛੋਟੇ ਨਾ ਆਉਣਾ। ਹੁਣ ਇਹਨਾਂ ਫੁੱਲਾਂ ਦੇ ਉੱਤੇ ਬਹੁਤ ਲਾਏ, ਉਹ ਬਹੁਤ ਮਨ ਨਹੀਂ ਕਰਦਾ ਕਿ ਇਹਨਾਂ ਦੀ ਕਟਾਈ ਕਰਾਈਏ, ਪਰ ਜਾਨਵਰ ਦਾ ਪਤਾ ਨਹੀਂ ਹੁੰਦਾ ਹੈਗਾ, ਅਸੀਂ ਜਾਨਵਰਾਂ ਤੋਂ ਥੋੜ੍ਹਾ ਜਿਹਾ ਕਤਰਾਉਂਦੇ ਹਾਂ ਵੀ ਘਰਾਂ ਦੇ ਲਾਗੇ ਇੱਕ ਸੈਰ ਕਰਨ ਇੱਧਰ ਬਹੁਤ ਆਉਂਦੇ ਆ ਹੈ ਨਾ, ਤਾਂ ਕਰਕੇ ਫਿਰ ਉਹਨਾਂ ਦਾ ਦੇਖਭਾਲ ਉਹਨਾਂ ਦੀ ਕਰਨੀ ਪੈਂਦੀ ਆ, ਤਾਂ ਕਰਕੇ ਇਹਦੀ ਕਟਾਈ ਰੱਖਦੇ ਹਾਂ ਅਸੀਂ ਵੀ।
ਆ ਨਿਕਲਿਆ ਹੀ ਆ ਨਿਕਲ ਨਾ ਮੈਂ ਇੱਦਾਂ ਨਿਕਲ ਗਿਆ ਮੈਂ ਪਹਿਲਾਂ ਕਰਦਾ ਸੀ ਸ਼ਾਇਦ ਮੇਰੀ ਗਲੀ ਜ਼ਿਆਦਾ ਸੀ ਵਿੱਚ ਇਹਦੇ ਉਹਨਾਂ ਕਰਕੇ ਸੀ ਮਿਰਚਾਂ ਦੀ ਲੜਾਈ ਖਤਮ ਹੋ ਗਈ ਗੱਡੀ ਲੋਡ ਕਰੀ ਜਾਂਦੀ ਹੈ ਕੁੜੀ ਨਾਲ ਹੀ ਨਾਲ ਲੱਦ ਲੱਦ ਕੇ ਪੰਦਰਾਂ ਪੰਦਰਾਂ ਕਿਲੋ ਦੀ ਤਲਾਈ ਆ ਕਰ ਕਰਕੇ ਫਿਰ ਨਾਲੇ ਨਾਲ ਲੱਦੀ ਜਾਂਦੇ ਗੱਡੀ 'ਚ ਨਾਲੇ ਮੰਡੀ ਲੈ ਜਾਣੀ ਆਪਾਂ ਨੇ ਨਾ ਮੋਗੀ ਮੋਗੀ ਅੱਜ ਕਿਉਂਕਿ ਐਤਕੀ ਮਿਰਚ ਲਾ ਬੈਠਾ ਮੈਂ ਥੋੜ੍ਹੀ ਬਰੀਕ ਵਾਲੀ ਕਹਿ ਕਿ ਵੀ ਮੰਨ ਲਓ ਵਧੀਆ ਰੇਟ ਨਿਕਲੂਗਾ ਲੇਕਿਨ ਰੇਟ ਵੀ ਨਹੀਂ ਵਧੀਆ ਨਿਕਲਿਆ ਵਜਨ ਤਾਂ ਠੀਕ ਰਿਹਾ ਪਰ ਇਹ ਵੀ ਦੂਜੇ ਹੋ ਜਾਂਦੇ ਵੀ ਨਿੱਕੀ ਨਿੱਕੀ ਮਿਰਚ ਅੰਕਲ ਹੱਥ 'ਚ ਨਹੀਂ ਆਉਂਦੀ ਹੈਗੀ ਤੁਸੀਂ ਵੀ ਦੂਜਾ ਰੱਖਿਆ ਕਰੋ ਦੂਜੀ ਮਿਰਚ ਲਾਇਓ ਮੋਟੀ ਮੈਂ ਕਿਹਾ ਚੱਲ ਠੀਕ ਆ ਗਾਹਾਂ ਲਾਵਾਂਗੇ ਹੁਣ ਇਹ ਮਿਰਚ ਤਕਰੀਬਨ ਸਾਡੇ ਵਾਲੀ ਜਿਹੜੀ ਹੈ ਨਾ ਖਤਮ ਨਾਲ ਦੀ ਹੋਈ ਆ ਅਤੇ ਅਸੀਂ ਵੀ ਹੁਣ ਸੋਚਿਆ ਵੀ ਇਹਨੂੰ ਵਾਹ ਦਈਏ ਹੁਣ ਵਾਹ ਕੇ ਕੋਈ ਹੋਰ ਚੀਜ਼ ਬੀਜ ਦਿੰਦੇ ਹਾਂ ਮਟਰਾਂ ਦਾ ਪੁੱਛਿਆ ਸੀ ਮੈਂ ਕਿਹਾ ਸੀ ਪਰ ਜਿਹੜੇ ਦੁਕਾਨ ਨਾਲ ਇੱਦਾਂ ਉਹਨਾਂ ਨੇ ਕਹਿਤਾ ਸੀ ਮਟਰ ਨਾ ਲਾਏ ਇੱਥੇ ਵੀ ਮਟਰ ਨੁਕਸਾਨ ਹੀ ਹੋਣਾ ਤੇਰਾ ਕਹਿੰਦੇ ਵੀ ਇਹ ਉੱਕਲ ਜਿਹਾ ਜਾਂਦਾ ਮਟਰ ਇਹਦੇ 'ਤੇ ਮਿਰਚ ਵਾਲੀ 'ਤੇ ਬਾਕੀ ਵੀ ਆਪਾਂ ਵੀ ਰਿਸਕ ਨਹੀਂ ਲਿਆ ਹੈਗਾ ਅੰਦਰ ਹੁਣ ਮੈਂ ਆਇਆ ਹੈਗਾ ਕੋਠੇ 'ਤੇ